ਕੌਣ ਪਾਗਲ ਹੈ ਕਿਹੜਾ ਨਹੀਂ ਪਾਗਲ ਵੀਨ ਮੁੱਖ ਮੰਤਰੀ ਉਸ ਮੈਂ ਸਮਝਦਾ ਵੀ ਭਗਵਾਨ ਜਤਮਾਨ ਨੂੰ ਡਰੇਲ ਨਹੀਂ ਹੋਣਾ ਚਾਹੀਦਾ ਮੈਂ 45 ਮਰਿਆਂ ਦੇ ਜੀਵਨ ਚ ਨਾ ਤਾਂ ਮੁੱਖ ਮੰਤਰੀ ਮੈਂ ਇੰਨਾ ਬੋਲਦੇ ਸੁਣਿਆ ਲੋੜ ਤੋਂ ਜ਼ਿਆਦਾ ਬੋਲਣਾ ਹਰ ਗੱਲ ਦਾ ਹੀ ਜਵਾਬ ਦੇਈ ਜਾਣਾ ਕਿੰਨਾ 16 ਮਹੀਨਿਆਂ ਦੇ ਵਿੱਚ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ ਹੈਗੇ ਸਰਕਾਰ ਕਹਿੰਦੀ ਅਸੀਂ ਕੰਮ ਕੀਤੇ ਤੁਸੀਂ ਕਹਿੰਦੇ ਕਿ ਚਵੀ ਦੇ ਵਿੱਚ ਇਹਨਾਂ ਦੇ ਮੰਡੇਟ ਨੂੰ ਖਤਰਾ ਪੈ ਜਾਣਾ ਹੈ ਬਾਰ-ਬਾਰ ਪੰਜਾਬ ਦੇ ਲੋਕਾਂ ਦਾ ਜਿਹੜਾ ਕਰਜ਼ੇ ਨਾਲ ਬੰਨਿਆ ਪਿਆ ਤੇ ਕਰਜ਼ੇਦਾਰ ਕਰਜ਼ਾ ਚੱਕ ਕੇ ਤੁਸੀਂ ਪੰਜਾਬ ਨੂੰ ਕੰਗਾਲੀ ਦੇ ਰਾਹ ਤੋਰ ਕੇ ਤੁਸੀਂ ਤਰੱਕੀ ਨਹੀਂ ਕਰ ਸਕਦੇ 20000 ਕਰੋੜ ਰੁਪਇਆ ਰੇਤੇ ਵਾਲਾ ਕਿੱਥੇ ਗਿਆ ਦੱਸਣ ਦਾ ਸਹੀ ਪੰਜਾਬ ਸਰਕਾਰ ਨੇ ਢਾਈਆਂ ਮਹੀਨਿਆਂ ਚ ਡੀਜ਼ਲ ਪੈਟਰੋਲ ਤੇ ਦੋ ਵਾਰੀ ਬੈਟ ਵਧਾ ਦਿੱਤਾ ਸਾਡੀ ਪਾਰਟੀ ਦੀ ਐਮਐਲਏ ਤੇ ਦੋਸ਼ ਲੱਗੇ ਨੇ ਹਾਲਾਂਕਿ ਕਹਿੰਦੀ ਮੈਂ ਚਾਪੀਆਂ ਪੜਾਤੀਆਂ ਜਿਨ੍ਹਾਂ ਕੋਲ ਮੈਂ ਕੋਟੀ ਕਿਰਾਏ ਤੇ ਲਈ ਸੀ ਗਗਨ ਸਿੰਘ ਮਾਨ ਹੁਣਾਂ ਨੂੰ ਹੁਣ ਆਪਣੀ ਸਰਕਾਰ ਦੇ ਅੱਖ ਸੁਖ ਸੁਖ ਦੀ ਬਹੁਤੀ ਪਰਵਾਹ ਨਹੀਂ ਰਹੀ। ਇਸ ਕਰਕੇ ਉਹਦੇ ਐਮਐਲਏ ਕੀ ਕਰੀ ਜਾਂਦੇ ਆ ਕੋਈ ਕ੍ਰਾਪਸ਼ਨ ਕਰੀ ਜਾਂਦਾ ਕੋਈ ਕੋਠੀਆਂ ਤੇ ਕਬਜ਼ਾ ਤੁਹਾਡੇ ਕੋਲ ਤੱਥ ਨਹੀਂ ਕਿ ਜਾਂ ਵਿਰੋਧੀ ਹੁੰਦੇ ਨਾਤੇ ਤੁਸੀਂ ਦੋਸ਼ ਲਾ ਦਿੱਤੇ ਮੌਜੂਦਾ ਸਰਕਾਰ ਤੇ ਕ੍ਰਾਪਸ਼ਨ ਪਹਿਲਾਂ ਨਾਲੋਂ ਘਟੀ ਸਾਰੀ ਗੀ ਕ੍ਰਾਪਸ਼ਨ ਖਤਮ ਕਰ। ਇਹ ਤਾਂ ਬੋਰਡ ਲਾਉਣ ਨੂੰ ਤਾਂ ਭਾਵੇਂ ਮੈ ਲਾ ਲਾ ਇਹ ਤਾਂ ਰੋਲਾ ਹੈ। ਇਹ ਤਾਂ ਲੋਕਾਂ ਤੋਂ ਪੁੱਛੋ ਵੀ ਕ੍ਰਾਪਸ਼ਨ ਪਹਿਲਾਂ ਨਾਲੋਂ ਵਧੀ ਹੈ। ਤੇ ਹਰ ਰੋਜ਼ ਕਤਲ ਦੇਖ ਕੇ ਸਾਢੇ 8 ਕਰੋੜ ਦੀ ਜਿਹੜੀ ਡਕੈਤੀ ਲੁਧਿਆਣੇ ਹੋਈ ਆ ਤੇ ਇਹ ਕੀ ਬਿਆਨ ਕਰਦੀ ਹੈ ਉਸੇ ਨੀ ਕਰਪਸ਼ਨ ਦੇ ਮਸਲੇ ਕਿਸੇ ਨੂੰ ਬਰਦਾਸ਼ਤ ਕਰਦੇ ਨੇ ਨੇ ਹੁੰਦਾ ਜਦੋਂ ਲੋਕਾਂ ਦਾ ਪ੍ਰੈਸ਼ਰ ਪੈਂਦਾ ਉਦੋਂ ਹੀ ਤੁਸੀਂ ਐਮਐਲਏ ਫੜ ਕੇ ਬਠਿੰਡੇ ਵਾਲਾ ਤਾਂ ਅੰਦਰ ਦਿੱਤਾ ਦਵਾਈ ਤੇ ਕਦੋਂ ਦਿੱਤਾ ਸੀ ਇੱਕ ਮੰਤਰੀ ਦਾ ਰੌਲਾ ਤੁਰਿਆ ਫਿਰਦਾ ਉਹਨੂੰ ਕਾਦੇ ਲਈ ਆਪਣੇ ਮੋਢੇ ਨਾਲ ਜੋੜ ਕੇ ਰੱਖਿਆ ਹੈ ਵੀ ਦੱਸ ਦੇਣ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਅੱਜ ਕੱਲ ਪੰਜਾਬ ਦੀ ਸਿਆਸਤ ਇਸ ਕਦਰ ਆਕੇ ਆਖਲੋਤੀ ਆ ਵਿਆਹਾਂ ਦੇ ਗੱਲਾਂ ਹੋ ਰਹੀਆਂ ਨੇ ਦੂਰੇ ਵਿਆਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਕੌਣ ਪਾਗਲ ਆ ਕਿਹੜਾ ਨਹੀਂ ਪਾਗਲ ਇਹ ਗੱਲਾਂ ਹੋ ਰਹੀਆਂ ਨੇ ਕੀ ਏ ਪੰਜਾਬ ਦੇ ਮੁੱਦੇ ਨੇ ਤੇ ਦੂਜੇ ਪਾਸੇ ਜਿਹੜੇ ਪੰਜਾਬ ਦੇ ਵਿਧਾਇਕਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਲੋਕਾਂ ਦੀਆਂ ਖਾਸ ਕਰਕੇ ਪ੍ਰਵਾਸੀ ਪੰਜਾਬੀਆਂ ਦੀਆਂ ਕੋਠੀਆਂ ਤੇ ਕਬਜ਼ਾ ਕਰ ਰਹੇ ਨੇ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਨੇ ਕਰਾਂਗੇ ਸਾਡੇ ਨਾਲ ਨੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਿੰਦਰ ਸਿੰਘ ਸੇਖੋ ਸੇਖੋ ਸਾਹਿਬ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਜੀ ਜਿਸ ਪੰਜਾਬ ਦੇ ਵਿੱਚ ਪੰਜਾਬ ਨੂੰ ਕਰਜ਼ੇ ਚੋਂ ਬਾਹਰ ਕੱਢਣਾ ਦਿਸ਼ਾ ਦਸ਼ਾ ਤੈਅ ਕਰਨੀਆਂ ਉੱਥੇ ਇੱਕ ਦੂਜੇ ਨੂੰ ਪਾਗਲ ਕਿਹਾ ਜਾ ਰਿਹਾ ਇੱਕ ਦੂਜੇ ਨੂੰ ਮੰਦਬੁੱਧੀ ਕਿਹਾ ਜਾ ਰਿਹਾ ਇੱਕ ਦੂਜੇ ਨੂੰ ਕਹਿ ਰਿਹਾ ਕਿ ਉਹਦੇ ਵਿਆਹ ਦੋ ਹੋ ਗਏ ਉਹ ਕਹਿੰਦੇ ਤੇਰੇ ਬਾਪੂ ਦੇ ਦੋ ਹੋ ਗਏ ਅਸਲ ਜ ਪੰਜਾਬ ਦੇ ਜਿਹੜੇ ਮੌਜੂਦਾ ਸਮੇਂ ਚ ਸਿਚੁਏਸ਼ਨ ਚੱਲ ਰਹੀ ਹੈ ਹਾਲਾਤ ਨੇ ਉਹ ਪੰਜਾਬ ਦੇ ਮਸਲਿਆਂ ਨੂੰ ਸਬੋਧਨ ਨਾ ਹੋ ਕੇ ਪੰਜਾਬ ਦੀਆਂ ਜਿਹੜੀਆਂ ਅਸਲ ਸਮੱਸਿਆਵਾਂ ਨੇ ਉਹਨਾਂ ਨੂੰ ਸਬੋਧਨ ਨਹੀਂ ਹੁੰਦੇ ਅਸਲ 'ਚ ਵਿਅਕਤੀਗਤ ਤੌਰ ਤੇ ਇੱਕ ਦੂਸਰੇ ਨੂੰ ਸਬੋਧਨ ਹੁੰਦੇ ਆ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਬਾਪਰ ਦੀਆਂ ਹੀ ਤਾਂ ਨੇ ਜੇ ਲੀਡਰਸ਼ਿਪ ਸਬੋਧਨ ਮਸਲਿਆਂ ਦੇ ਉੱਤੇ ਹੋਵੇ ਤਾਂ ਮੇਰਾ ਖਿਆਲ ਆ ਵੀ ਜਿਹੜੇ ਆਪਸ ਆਬਦ ਮਤਲਬ ਬਹੁਤ ਨੀਮੀ ਸਬਦਾਵਲੀ ਇੱਕ ਦੂਜੇ ਤੇ ਮਤਲਬ ਤੂੰ ਤੂੰ ਮੈਂ ਮੈਂ ਮਤਲਬ ਸਾਰੀਆਂ ਗੱਲਾਂ ਦਾ ਇੱਕੋ ਹੀ ਸਮਾਧਾਨ ਹੈ ਕਿ ਲੋਕ ਮਸਲਿਆਂ ਦੇ ਉੱਤੇ ਜਿਹੜੇ ਅਸਾਰੂ ਆਪੋਜੀਸ਼ਨ ਦੀ ਭੂਮਿਕਾ ਹੈ ਪਾਰਟੀਆਂ ਨੂੰ ਉਹੀ ਅਦਾ ਕਰਨੀ ਚਾਹੀਦੀ ਹੈ ਤੇ ਜਿਹੜੇ ਸਰਕਾਰ ਦੇ ਡਿਊਟੀਆਂ ਬਣਦੀਆਂ ਨੇ ਜਿਹੜੇ ਲੋਕਾਂ ਨਾਲ ਪ੍ਰੋਮਿਸ ਕੀਤੇ ਉਹਨਾਂ ਨੂੰ ਪੂਰਿਆ ਕਰਨਾ ਬਣਦਾ ਹੈ ਔਰ ਨਾਲ ਨਾਲ ਜਿਹੜੇ ਲੋਕਾਂ ਨਾਲ ਬਾਧਿਆਂ ਦੀ ਪੂਰਤੀ ਹੈ ਉਸ ਦੇ ਉੱਤੇ ਸਪਸ਼ਟ ਕਰਨਾ ਚਾਹੀਦਾ ਨਾ ਕਿ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਤਰਾਸੀ ਨਾਲ ਡੰਗ ਟਪਾਉਣ ਦਾ ਕੋਈ ਮਤਲਬ ਨਹੀਂ ਹੈ ਮੁੱਖ ਮੰਤਰੀ ਮਾਨ ਸਾਹਿਬ ਨੇ ਅੱਜ ਕਿਹਾ ਕਿ ਮੈਨੂੰ ਪਾਗਲ ਕਹਿਣਾ ਚਾਹੁੰਦੇ ਤੇ ਕਹੀ ਚਲੋ ਜੀ ਸਿੱਧਕੇ ਚੋ ਪਰ ਮੇਰੇ ਉੱਤੇ ਲੋਕਾਂ ਦੀ ਮੁਹੱਬਤ ਦਾ ਪਾਗਲਪਨ ਸਵਾਰ ਕਹਿੰਦੇ ਤੁਹਾਨੂੰ ਇਹ ਤੁਹਾਡੇ ਰਿਸ਼ਤੇਦਾਰਾਂ ਨੂੰ ਪਿੱਤਾ ਕਰਕੇ ਕੁਰਸੀਆਂ ਨਸੀਬ ਹੋਈਆਂ ਜਦ ਕਿ ਮੈਨੂੰ ਲੋਕਾਂ ਦੇ ਪਿਆਰ ਤੇ ਭਰੋਸੇ ਕਰਕੇ ਸੇਵਾ ਮਿਲੀਆਂ ਮੈਂ ਪਾਗਲ ਹਾਂ ਕਿਉਂਕਿ ਮੈਂ ਸੂਬੇ ਦੇ ਖਜ਼ਾਨੇ ਨਹੀਂ ਲੁੱਟੇ ਨਾ ਅਦਜੋਗ ਵਿੱਚ ਹਿਸਾ ਪੱਤੀ ਪਾਈ ਨਾ mafie ਚਲਾਏ ਨਾ ਨਸ਼ੇ ਦੇ ਸਦਾਕਰਾਂ ਦੀ ਪੁਸ਼ਤ ਪਨਾਈ ਕੀਤੀ ਦੇਖੋ ਮੈਂ ਇਸ ਸਵਦਾਵਲੀ ਤਾਂ ਨਹੀਂ ਜੋਜ ਕਰਦਾ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਖੁਦ ਹੀ ਆਪਣੇ ਆਪ ਨੂੰ ਉਹਨਾਂ ਸੁਪੀਸ ਨੂੰ ਬਾਦਲ ਹੋਣਾ ਤੇ ਅਟੈਕ ਕੀਤਾ ਇਸ ਤਰ੍ਹਾਂ ਜਿਹੜਾ ਸਬੋਧਨ ਕਰਕੇ ਕਹਿ ਰਹੇ ਇਹਦਾ ਮਤਲਬ ਭਗਵਾਨ ਤਮਾਨ ਹੋਣੀ ਕਿਸੇ ਦੇ ਕਹਿਣ ਦੇ ਉੱਤੇ ਇੰਨਾ ਡਰੇਲ ਹੋ ਜਾਂਦੇ ਨੇ ਤੇ ਬੀਗ ਮੁੱਖ ਮੰਤਰੀ ਉਸ ਮੈਂ ਸਮਝਦਾ ਵੀ ਭਗਵੰਤ ਮਾਨ ਨੂੰ ਡਰੇਲ ਨਹੀਂ ਹੋਣਾ ਚਾਹੀਦਾ ਜੀ ਮਤਲਬ ਇਹ ਸਿੱਧੇ ਤੌਰ ਦੇ ਉੱਤੇ ਜੇ ਮੰਨ ਲਓ ਕੋਈ ਗੱਲ ਕਹਿੰਦਾ ਉਹਦੇ ਤੇ ਡਰੇਲ ਹੋ ਜਾਓ ਉਹਦੇ ਤੇ ਡਰੇਲ ਹੋ ਜਾਓ ਇਹਦਾ ਕੋਈ ਇਸ਼ੂ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੂੰ ਆਪਣੀਆਂ ਜਿਹੜੀਆਂ ਪ੍ਰੋਮਿਸ ਕੀਤੇ ਆ ਜਿਹੜਾ ਪੰਜਾਬ ਆਰਥਿਕ ਸੰਕਟ ਦੇ ਵਿੱਚ ਤਸਦਾ ਜਾ ਰਿਹਾ ਹੈ ਜਿਹੜਾ ਆਰਥਿਕ ਸੰਕਟ ਚੋਂ ਕੱਢਣ ਦਾ ਸਵਾਲ ਆ ਉਦੇ ਵਾਸਤੇ ਇੱਕ ਸੰਜੀਦਾ ਜਿਹੜੀ ਪਹੁੰਚ اختیار ਕਰਨੀ ਚਾਹੀਦੀ ਆ ਇਹ ਜੇ ਮਤਲਬ ਕੋਈ ਇਸ ਤਰ੍ਹਾਂ ਦਾ ਸਬਦਾਵਲੀ ਵਰਤਦਾ ਉਸੇ ਸਬਦਾਵਲੀ ਨਾਲ ਤੁਸੀਂ ਸਬੋਧਨ ਕਰੋਗੇ ਤਾਂ ਫਿਰ ਪੰਜਾਬ ਦੇ ਲੋਕਾਂ ਨੇ ਜਿਹੜਾ ਤੁਹਾਨੂੰ ਮਾਣ ਤੇ ਸਨਮਾਨ ਦਿੱਤਾ ਹੈ ਅਸਲ 'ਚ ਉਹ ਮਾਣ ਸਨਮਾਨ ਨੂੰ ਆਟੋਮੈਟਿਕਲੀ ਥੇਸ ਪਹੁੰਚਦੀ ਆ ਉਹ ਮਹਿਸੂਸ ਕਰਦੇ ਆ ਮੁੱਖ ਮੰਤਰੀ ਸਾਹਿਬ ਜਾਂ ਨਹੀਂ ਕਰਦੇ ਉਹਨਾਂ ਦਾ ਮੈਟਰ ਹੈ ਸਿਕਸੋ ਤਾਂ ਅੱਜ ਵੀ ਕਾਫੀ ਤਜਰਬਾ ਜੀ ਸਿਆਸਤ ਉਹ ਬੜਾ ਤੁਸੀਂ ਨੇੜੋਂ ਤੱਕ ਰਹੇ ਹਰ ਇੱਕ ਨੂੰ ਇਦਾਂ ਦੀ ਪਹਿਲਾਂ ਵੀ ਪੰਜਾਬ ਦੇ ਲੀਡਰਾਂ ਦੇ ਵਿੱਚ ਇੰਨੇ ਇਤਰਾਜਜੋਗ ਸ਼ਬਦ ਇੰਨੀ ਡੈਰੋਗੇਟਰੀ ਸ਼ਬਦ ਜਿਹੜੇ ਹੈ ਇੱਕ ਦੂਜੇ ਦੇ ਪ੍ਰਤੀ ਵਰਤਦੇ ਰਹੇ ਨੇ ਜੀ ਲੇਕੋ ਮੈਂ ਤਾਂ ਆਪਣੇ ਜਿਹੜਾ ਪੋਲੀਟੀਕਲ ਮੇਰਾ ਬਚਪਨ ਤੋਂ ਮੈਂ ਰਾਜਨੀਤੀ ਦੇ ਵਿੱਚ ਹਾਂ 1978 ਤੋਂ ਮੈਂ ਜਦੋਂ ਵਿਦਿਆਰਥੀ ਲਹਿਰ ਦੇ ਵਿੱਚ ਆਇਆ ਤੇ ਲਗਭਗ 45 ਬਰੇ ਹੋ ਗਏ ਜੀ ਮੈਂ 45 ਬਰਿਆਂ ਦੇ ਜੀਵਨ ਚ ਨਾ ਤਾਂ ਮੁੱਖ ਮੰਤਰੀ ਮੈਂ ਇੰਨਾ ਬੋਲਦੇ ਸੁਣਿਆ ਕੋਈ ਜੀ ਲੋੜ ਤੋਂ ਜ਼ਿਆਦਾ ਬੋਲਣਾ ਹਰ ਗੱਲ ਦਾ ਹੀ ਜਵਾਬ ਦੇਈ ਜਾਣਾ ਮੈਂ ਸਮਝਦਾ ਵੀ ਇਹ ਮੁੱਖ ਮੰਤਰੀ ਦੀ ਚਿਹਰ ਨੂੰ ਬਾਰਾ ਹੀ ਨਹੀਂ ਖੰਦਾ ਥੋੜਾ ਸੰਜਮ ਨਾਲ ਚੱਲਣਾ ਚਾਹੀਦਾ ਤੇ ਜਿਹੜਾ ਤੁਹਾਡਾ ਤੈ ਕੀਤਾ ਹਾ ਜੋ ਤੁਹਾਡੀ ਪਾਲਿਸੀ ਆ ਸਰਕਾਰ ਦੀ ਉਹਨੂੰ ਸੰਜੀਦਗੀ ਦੇ ਨਾਲ ਪੇਸ਼ ਕਰਨਾ ਚਾਹੀਦਾ ਤੇ ਮੈਂ ਸਮਝਦਾ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਬੜਾ ਵੱਡਾ ਮੰਡਟ ਦਿੱਤਾ ਹੈਗਾ ਉਸ ਮੰਡਟ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਹ ਕਦਰ ਕਰਦੇ ਹੋયા ਸੰਜੀਦਾ ਜਿਹੜੀ ਰਾਜਨੀਤੀ ਦਾ ਪਗਟਾਵਾ ਕਰਨਾ ਚਾਹੀਦਾ ਤੇ ਉਹ ਜਿਹੜੇ ਰੂਲਿੰਗ ਪਾਰਟੀ ਆ ਉਹਦੀ ਜਾਦੇ ਹੋਵੇਗੀ ਤੇ ਜਿਹੜੀ ਆ ਦੂਸਰੀਆਂ ਬੁਰਜੁਆ ਪਾਰਟੀਆਂ ਨੇ ਉਹਨਾਂ ਦਾ ਕੋਈ ਵੀ ਮੰਤਵ ਹੋ ਸਕਦਾ ਹੈ ਤੇ ਇਹਨੂੰ ਘਟੋ ਘਟਾ ਇਹ ਤਾਂ ਪਾਸ ਰੱਖਣਾ ਚਾਹੀਦਾ ਵੀ ਜੇ ਮੰਡਟ ਮਿਲਿਆ ਤਾਂ ਉਸ ਮੁਤਾਬਕ ਇਹਨੂੰ ਆਪਣਾ ਬਵਿਹਾਰ ਕਰਨਾ ਚਾਹੀਦਾ ਔਰ ਮਚਿਓਰਿਟੀ ਲੈਵਲ ਵਾਲਾ ਬਵਿਹਾਰ ਕਰਨਾ ਚਾਹੀਦਾ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਤਾਂ ਅਲੱਗ ਹੈ ਕਿ ਉਹ ਜਿਹੜੀਆਂ ਮੁੱਖ ਤੌਰ ਤੇ ਵਿਧਾਨ ਸਭਾ ਦੇ ਵਿੱਚ ਪਾਰਟੀਆਂ ਨੇ ਆਪੋਜੀਸ਼ਨ ਪਾਰਟੀਆਂ ਨੇ ਉਹ ਵੀ ਕੋਈ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਰੀਆਂ ਨੇ ਦੇਖੋ ਆਪੋਜੀਸ਼ਨ ਦੀ ਜਿਹੜੀ ਭੂਮਿਕਾ ਹੈ ਉਹ ਨਵੌਣਾ ਉਹਨਾਂ ਦੇ ਵੀ ਡਿਊਟੀ ਹੈ ਇੱਕ ਕਨਸਟੀਟਿਊਸ਼ਨ ਦੇ ਮੁਤਾਬਕ ਜੋ ਸਾਡਾ ਪੋਲਿਟিক্যাল ਸਿਸਟਮ ਹੈ ਉਹਨੂੰ ਬੜੀ ਸੰਜੀਦਗੀ ਨਾਲ ਹੀ ਪੇਸ਼ ਕਰਨਾ ਚਾਹੀਦਾ ਪਰ ਉਹਦੇ ਚ ਇੱਕ ਜਿਹੜੀ ਮੈਂ ਸਮਝਦਾ ਜੋ ਵਿਗਨ ਹੈ ਉਹ ਵਿਗਨ ਹੈ ਵੀ ਹਰ ਗੱਲ ਦੇ ਉੱਤੇ ਮਤਲਬ ਗੱਲ ਵੀ ਨਹੀਂ ਆਪੋਜੀਸ਼ਨ ਵਾਲਿਆਂ ਦੀ ਪੂਰੀ ਹੋਣ ਦਿੰਦੇ ਵਿਧਾਨ ਸਭਾ ਦਾ ਸੈਸ਼ਨ ਹੋਵੇ ਜਾਂ ਕੋਈ ਹੋਰ ਗੱਲ ਹੋਵੇ ਇਮੀਡੀਏਟ ਐਕਸ਼ਨ ਤੇ ਇਹਦਾ ਵੀ ਮੈਂ ਸਮਝਦਾ ਵੀ ਇਹ ਮੈਜੋਰਟੀ ਲਿਉਣੀ ਚਾਹੀਦੀ ਹੈ ਤੇ ਸੀਐਮ ਕੋਲੇ ਤਾਂ ਕੋਈ ਵੀ ਸੈਸ਼ਨ ਚੱਲਦਾ ਬੜਾ ਸਮਾਂ ਹੁੰਦਾ ਸੀਐਮ ਕੋਲੇ ਆਪਣਾ ਟਾਈਮ ਹੁੰਦਾ ਹੈ ਤੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਿਓ ਤੇ ਲੋਕਾਂ ਦਾ ਬਾਦਲੀਲ ਉਹਨਾਂ ਗੱਲਾਂ ਦਾ ਜਵਾਬ ਦਿਓ ਤੇ ਹਰ ਇੱਕ ਨੂੰ ਬਾਦਲੀਲ ਤੇ ਬਾ ਤੱਥਾਂ ਤੇ ਆਧਾਰਿਤ ਆਪਣੀ ਗੱਲ ਹੀ ਕਹਿਣੀ ਚਾਹੀਦੀ ਹੈ ਤਾਂ ਕਿ ਸਾਨੂੰ ਲੋਕ ਸੁਣਦੇ ਆ ਤੇ ਸਾਨੂੰ ਰਾਜਨੀਤਿਕ ਆਗੂਆਂ ਨੂੰ ਲੋਕ ਮਤਲਬ ਸੁਣ ਕੇ ਆਪਣਾ ਵਿਊ ਪੁਆਇੰਟ ਬਣਾਉਂਦੇ ਆ ਪ੍ਰਿਜਿਤ ਇੱਕ ਦੂਜੇ ਦੇ ਵਿਆਹ ਵਿੱਚ ਤੇ ਟਿੱਪ ਇਤਿਹਰਾ ਹੋ ਰਹੀਆਂ ਨੇ ਪਾਗਲ ਵਾਲੇ ਗੱਲਾਂ ਹੋ ਰਹੀਆਂ ਮੰਦ ਬੁੱਗੀ ਬੁੱਧੀ ਕਿਹਾ ਜਾ ਰਿਹਾ ਸ਼ਰਾਬੀ ਕਿਹਾ ਜਾ ਰਿਹਾ ਜੀ ਨਕਮਾ ਕਿਹਾ ਜਾ ਰਿਹਾ ਫਿਰ ਕਹਿ ਦਿੰਦੇ ਜੀ ਜਿਹੜੇ ਲੋਕ ਪਿੰਡ ਦੇ ਸਰਪੰਚ ਨਹੀਂ ਬਣਨੇ ਚਾਹੀਦੇ ਉਹ ਮੋਬਾਈਲ ਵਾਲੇ ਐਮਐਲਏ ਬਣ ਗਏ ਇਹ ਤਾਂ ਲੱਗਦਾ ਇਹ ਜਿਹੇ ਸ਼ਬਦ ਸੁਲਝੋ ਨੇ ਨੇਤਾ ਪੰਜਾਬ ਦੇ ਇੱਕ ਦੂਜੇ ਦੇ ਖਿਲਾਫ ਬੋਲਣ ਤੇ ਤੁਹਾਨੂੰ ਲੱਗਦਾ ਪੰਜਾਬ ਦੀ ਦਿਸ਼ਾ ਦਸ਼ਾ ਸਹੀ ਲੱਗਦੀ ਤੁਹਾਨੂੰ ਜੀ ਲੇਖੋ ਮੈਂ ਸਮਝਦਾ ਹਾਂ ਵੀ ਕੋਈ ਵੀ ਜਦੋਂ ਤਬਦੀਲੀ ਹੁੰਦੀ ਹੈ ਉਸ ਤਬਦੀਲੀ ਦਾ ਇੱਕ ਬੇਸਿਕ ਕਾਰਨ ਹੈ ਵੀ ਜਿਹੜੀਆਂ ਪਹਿਲੀਆਂ ਦੀਆਂ ਗਲਤੀਆਂ ਨੇ ਉਹਨਾਂ ਗਲਤੀਆਂ ਦਾ ਰੈਐਕਸ਼ਨ ਹੁੰਦਾ ਉਹਨਾਂ ਗਲਤੀਆਂ ਦੇ ਰੈਐਕਸ਼ਨ ਵਜੋਂ ਲੋਕਾਂ ਨੇ ਮਤਲਬ ਇਹਹਾ ਫੈਸਲਾ ਦਿੱਤਾ ਉਹ ਫੈਸਲਾ ਗਲਤ ਆ ਜਾਂ ਠੀਕ ਆ ਤਾਂ ਲੋਕ ਰਿਵਿਊ ਕਰ ਲੈਣਗੇ ਉਹ ਪੰਜਾਬ ਦੇ ਲੋਕ ਬਹੁਤਾ ਚਿਰ ਬੇਟ ਨਹੀਂ ਕਰਦੇ ਜੋ ਮੈਂ ਦੇਖ ਰਿਹਾ ਐਕਸਪੀਰੀਅੰਸ ਦੇ ਵਿੱਚੋਂ ਤੇ ਲੋਕ ਢਾਈਆਂ ਸਾਲਾਂ ਬਾਅਦ ਆਪਣਾ ਫੈਸਲਾ ਬਦਲ ਹੀ ਦਿੰਦੇ ਆ ਉਹ 2024 ਦੇ ਵਿੱਚ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੇ ਜਿਹੜਾ ਐਡਾ ਵੱਡਾ ਮੰਡਟ ਦਿੱਤਾ ਸੀ ਉਹ ਬੈਕਫੁੱਟ ਤੇ ਵੀ ਆ ਸਕਦੇ ਨੇ ਕਿਉਂਕਿ ਲੋਕ ਤਾਂ ਲੋਕ ਨੇ ਨਾ ਤੇ ਲੋਕਾਂ ਦਾ ਜਿਹੜਾ ਪਹਿਲਿਆਂ ਨੇ ਜੋ ਗਲਤੀਆਂ ਕੀਤੀਆਂ ਜੋ ਪਹਿਲਿਆਂ ਨੇ ਠੀਕ ਰਾਜ ਪ੍ਰਬੰਧ ਨਹੀਂ ਦਿੱਤਾ ਜਾਂ ਲੋਕਾਂ ਦਾ ਭਰੋਸਾ ਪਹਿਲਿਆਂ ਤੋਂ ਉੱਠਿਆ ਹੈ ਰਾਜ ਕਰਨ ਵਾਲੀਆਂ ਧਿਰਾਂ ਤੋਂ ਤਾਂ ਉਹਦੇ ਲਈ ਕਸੂਰ ਲੋਕਾਂ ਦਾ ਨਹੀਂ ਹੈ ਉਹਦੇ ਲਈ ਕਸੂਰ ਰਾਜ ਕਰਨ ਵਾਲਿਆਂ ਦਾ ਹੀ ਹੈ ਤੇ ਉਹਦੇ ਤੇ ਉਹਨਾਂ ਨੂੰ ਵੀ ਆਪਣਾ ਆਤਮ ਚਿੰਤਨ ਤੇ ਮੰਥਨ ਕਰਨਾ ਚਾਹੀਦਾ ਤੇ ਇਹਨਾਂ ਨੂੰ ਮਤਲਬ ਇਹ ਵੀ ਇੰਨਾ ਸੌਖਾ ਤੇ ਇੰਨਾ ਜਲਦੀ ਏਡਾ ਵੱਡਾ ਮੰਡਟ ਮਿਲਿਆ ਇਹਨਾਂ ਨੂੰ ਆਪਣਾ ਹਾਜਮਾ ਵੱਡਾ ਕਰਨਾ ਚਾਹੀਦਾ ਥੋੜੇ ਵੱਡੇ ਦਿਲ ਰੱਖਣਾ ਚਾਹੀਦਾ ਤੇ ਰਾਮ ਨਾਲ ਆਪਣੀ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਦੇ ਲੋਕਾਂ ਨੇ ਦਿੱਤੀ ਹੈ ਤੋ ਉਸ ਜੁਮੇ ਮਾਰੀ ਨੂੰ ਬਾਦ ਦਸਤੂਰ ਲਵਾਉਣਾ ਚਾਹੀਦਾ ਔਰ ਜਿਹੜੀ ਤੁਸੀਂ ਬੜੀ ਵੱਡੀ ਗੱਲ ਕਹਿ ਦਿੱਤੀ ਹੈਗੀ ਕਿ 24 ਦੇ ਵਿੱਚ ਜਿਹੜਾ ਲੋਕਾਂ ਨੇ ਮੰਡੇਟ ਦਿੱਤਾ ਹੈਗਾ ਖੋਸ ਵੀ ਸਕਦਾ ਕੀ ਤੁਹਾਨੂੰ ਲੱਗਦਾ ਕਿ ਇਹਨਾਂ 16 ਮਹੀਨਿਆਂ ਦੇ ਵਿੱਚ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ ਹੈਗੇ ਸਰਕਾਰ ਕਹਿੰਦੀ ਅਸੀਂ ਕੰਮ ਕੀਤੇ ਤੁਸੀਂ ਕਹਿੰਦੇ ਕਿ 24 ਦੇ ਵਿੱਚ ਇਹਨਾਂ ਦੇ ਮੰਡੇਟ ਨੂੰ ਖਤਰਾ ਪੈ ਜਾਣਾ ਹੈ ਦੇਖੋ ਸਰਕਾਰ ਨੇ ਤਾਂ ਆਪਣਾ ਪਹਿਲੂ ਰੱਖਣਾ ਹੈ ਉਹ ਉਹ ਉਹਨਾਂ ਦਾ ਰਾਈਟ ਹੈ ਆਪੋਜੀਸ਼ਨ ਨੇ ਆਪਣਾ ਪਹਿਲੂ ਰੱਖਣਾ ਤੇ ਸਾਡੀ ਪਾਰਟੀ ਨੇ ਆਪਣਾ ਪਹਿਲੂ ਰੱਖਣਾ ਹੈ ਇਹ ਸਾਡਾ ਰਾਈਟ ਹੈ ਪਰ ਇਹ ਆ ਵੀ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜ ਕੇ ਬਾਲ-ਬਾਲ ਪੰਜਾਬ ਦੇ ਲੋਕਾਂ ਦਾ ਜਿਹੜਾ ਕਰਜ਼ੇ ਨਾਲ ਬਿੰਨਿਆ ਪਿਆ ਤੇ ਕਰਜ਼ੇਦਾਰ ਕਰਜ਼ਾ ਚੱਕ ਕੇ ਤੁਸੀਂ ਪੰਜਾਬ ਨੂੰ ਕੰਗਾਲੀ ਦੇ ਰਾਹ ਤੋਰ ਕੇ ਤੁਸੀਂ ਤਰੱਕੀ ਨਹੀਂ ਕਰ ਸਕਦੇ ਤਾਂ ਉਹਦੇ ਲਈ ਜਿਹੜੇ ਰਿਸੋਰਸ ਜਿਹੜੇ ਤੁਸੀਂ ਵਾਅਦੇ ਕੀਤੇ ਉਹ ਕਿੱਥੋਂ ਪੂਰਤੀ ਕਰੋਗੇ 20000 ਕਰੋੜ ਰੁਪਇਆ ਰੇਤੇ ਵਾਲਾ ਕਿੱਥੇ ਗਿਆ ਦੱਸਣ ਦਾ ਸਹੀ ਪੰਜਾਬ ਸਰਕਾਰ ਨੇ ਢਾਈਆਂ ਮਹੀਨਿਆਂ ਚ ਡੀਜ਼ਲ ਪੈਟਰੋਲ ਤੇ ਦੋ ਵਾਰੀ ਵੈਟ ਵਧਾ ਦਿੱਤਾ ਲਗਭਗ ਉਹ ਹੁਣ 2 ਰੁਪਏ ਡੀਜ਼ਲ ਤੇ 2 ਰੁਪਏ ਮਤਲਬ ਪੈਟਰੋਲ ਦੀਆਂ ਕੀਮਤਾਂ ਇਨਕਰੀਜ਼ ਹੋ ਗਈਆਂ ਦੋ ਢਾਈ ਮਹੀਨਿਆਂ ਦੇ ਦਰਮਿਆਨ ਚ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਮਤਲਬ ਇੰਨਾ ਬੇਵਕੂਫ ਵੀ ਨਾ ਸਮਝੇ ਪੰਜਾਬ ਸਰਕਾਰ ਬੇ ਤੁਸੀਂ ਜਿਹੜਾ ਕਰੋੜਾ ਰੁਪਈਆ ਤੁਸੀਂ ਪੰਜਾਬ ਦੇ ਲੋਕਾਂ ਦੇ ਮਿਹਨਤ ਕਸ਼ ਆਵਾਮ ਦੇ ਅਜ ਗਰੀਬ ਤੋਂ ਗਰੀਬ ਬੰਦਾ ਵੀ ਹੈ ਜਿਹੜਾ ਸਕੂਟਰ ਮੋਟਰਸਾਈਕਲ ਛੋਟਾ ਵਹੀਕਲ ਹੈ ਉਹ ਦੇਖੋ ਤੁਸੀਂ ਕਰੋੜਾ ਰੁਪਈਆ ਪੰਜਾਬ ਦੇ ਆਮ ਆਵਾਮ ਦੇ ਉੱਤੇ ਜਿਹੜਾ ਬੋਝ ਲੱਦਿਆ ਹੈ ਬੈਟ ਦੀਆਂ ਦਰਾਂ ਵਧਾ ਕੇ ਇਹਦੇ ਤੇ ਲੋਕ ਤੁਹਾਨੂੰ ਕਿੱਦਾਂ ਮਾਫ਼ ਕਰਨਗੇ ਮਤਲਬ ਇੱਕ ਤਰਫਾ ਹੀ ਨਾ ਨਾ ਸੋਚੇ ਜਾਓ ਵੀ ਅਸੀਂ ਹੀ ਠੀਕ ਹਾਂ ਤੇ ਇਹ ਸੋਚਣ ਵਾਲੇ ਤਾਂ ਪਹਿਲਾਂ ਵਾਲੇ ਵੀ ਜਿਹੜੇ ਲੱਦ ਗਏ ਨੇ ਜਿਹੜੇ ਐਦਾਂ ਸੋਚਦੇ ਸੀਗੇ ਵੀ ਅਸੀਂ ਹੁਣ ਜਾਣਾ ਹੀ ਨਹੀਂ ਹੈ ਸੋ ਲੋਕਾਂ ਨੇ ਮਤਲਬ ਪੰਜਾਬ ਦੇ ਲੋਕ ਜਲਦੀ ਹੀ ਰੈਕਟ ਕਰਦੇ ਆ ਲੋਕ ਤਬਦੀਲੀ ਵਾਸਤੇ ਜਲਦੀ ਮਤਲਬ ਕੈਚ ਕਰਦੇ ਆ ਹਰ ਗੱਲ ਨੂੰ ਤੇ ਇਹਨਾਂ ਨੂੰ ਵੀ ਇਹ ਗੱਲ ਸੋਚ ਸਮਝ ਲੈਣੀ ਚਾਹੀਦੀ ਆ ਵੀ ਜਿਹੜੇ ਪ੍ਰੋਮਿਸ ਤੁਸੀਂ ਜਿਸ ਤਰੀਕੇ ਦੇ ਕੀਤੇ ਸੀ ਉਹ ਪ੍ਰੋਮਿਸਾਂ ਦੀ ਫੂਕ ਨਿਕਲ ਰਹੀ ਹੈ। ਕਹਿੰਦੇ ਵੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਆਮ ਆਦੀ ਪਾਰਟੀ ਦੀ ਐਮਐਲਏ ਤੇ ਦੋਸ਼ ਲੱਗੇ ਨੇ ਹਾਲਾਂਕਿ ਕਹਿੰਦੀ ਮੈਂ ਚਾਬੀਆਂ ਫੜਾਤੀਆਂ ਜਿਨ੍ਹਾਂ ਕੋਲ ਮੈਂ ਕੋਟੀ ਕਰਾਏ ਤੇ ਲੈ ਜੇ ਤਾਂ ਲੱਗਦਾ ਕਿ ਸਰਕਾਰ ਦਾ ਐਮਐਲਏ ਸੱਤ ਦੇ ਪਾਰਟੀ ਦੇ ਐਮਐਲਏ ਤੇ ਅਜਿਹੇ ਕੋਠੀਆਂ ਨੂੰ ਲੈ ਕੇ ਵਿਵਾਦ ਖੜੇ ਹੋਣ ਉਹ ਸਰਕਾਰ ਤੇ ਬੜਾ ਅਕਸ ਖਰਾਬ ਹੁੰਦਾ ਜਾਂ ਐਨਆਰਆਈ ਪ੍ਰਵਾਸੀ ਪੰਜਾਬੀ ਉਹਨਾਂ ਦੇ ਬੜੇ ਵਿਸ਼ਵਾਸ ਟੁੱਟਦੇ ਨੇ ਮੈਂ ਐ ਮਹਿਸੂਸ ਕਰਦਾ ਵੀ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਹੁਣ ਆਪਣੀ ਸਰਕਾਰ ਦੇ ਅਕਸੁਖਸ ਦੀ ਬਹੁਤੀ ਪਰਵਾਹ ਨਹੀਂ ਰਹੀ ਜੀ ਇਸ ਕਰਕੇ ਉਹਦੇ ਐਮਐਲਏ ਕੀ ਕਰੀ ਜਾਂਦੇ ਆ ਕੋਈ ਕਰਪਸ਼ਨ ਕਰੀ ਜਾਂਦਾ ਕੋਈ ਕੋਠੀਆਂ ਤੇ ਕਬਜ਼ਾ ਇਹ ਹੁਣ ਇੱਕ ਆਮ ਵਰਤਾਰੇ ਦੇ ਤੌਰ ਤੇ ਮਹਿਸੂਸ ਕਰਦੇ ਆ ਕਿਉਂਕਿ ਉਹਦਾ ਬੇਸਿਕ ਕਾਰਨ ਮੈਂ ਪਹਿਲਾਂ ਵੀ ਕਈ ਵਾਰ ਹੀ ਕਿਹਾ ਤੇ ਅਸਲ ਵਿੱਚ ਕਿਉਂਕਿ ਸਰਮਾਇਯਦਾਰ ਜ਼ਗੀਰਦਾਰਾਂ ਦੇ ਉਸੇ ਪਾਲਿਸੀਆਂ ਦੇ ਉੱਤੇ ਚੱਲਣ ਵਾਲੀ ਸਰਕਾਰ ਆ ਵੀ ਆਮ ਲੋਕਾਂ ਨੂੰ ਇਹਦੇ ਵਿੱਚੋਂ ਕੋਈ ਬਹੁਤੀ ਰਾਤ ਨਾ ਮਹਿਸੂਸ ਹੀ ਕਰਨੀ ਚਾਹੀਦੀ ਤੇ ਨਾ ਇਹ ਹੋ ਸਕਦੀ ਕੋਕੇ ਜਿਹੜੀਆਂ ਪਾਲਸੀਆਂ ਦੇ ਬਾਕੀ ਦੇ ਧਰਨੇ ਸੀ ਉਹਨਾਂ ਪਾਲਸੀਆਂ ਦੇ ਧਰਨੀ ਨੇ ਤੇ ਜਿਹੜੀਆਂ ਮਤਲਬ ਰਸਤੇ ਤੇ ਉਹ ਚੱਲਦੇ ਸੀ ਇਹ ਤਾਂ ਉਹਨਾਂ ਨਾਲੋਂ ਵੀ ਜ਼ਿਆਦਾ ਖਾਸ ਹੋ ਗਏ ਨੇ ਹਰ ਮੈਟਰ ਦੇ ਵਿੱਚ ਕਰਾਪਸ਼ਨ ਪਹਿਲਾਂ ਨਾਲੋਂ ਵਧ ਗਈ ਲੈਂਡ ਆਰਡਰ ਦੀ ਸਿਚੁਏਸ਼ਨ ਮੈਂ ਬਾਰ-ਬਾਰ ਇਹ ਕਹਿ ਰਿਹਾ ਔਰ ਇਹ ਮੈਂ ਦਾਅਵੇ ਨਾ ਕਹਿ ਰਿਹਾ ਵੀ ਲੈਂਡ ਆਰਡਰ ਦੀ ਸਿਚੁਏਸ਼ਨ ਬਦ ਤੋਂ ਬਦਤਰ ਹੋ ਰਹੀ ਹੈ ਪੰਜਾਬ ਦੇ ਲੋਕ ਆ ਜਿਹੜੇ ਆਮ ਨਾਗਰਿਕ ਆ ਜਿਹੜਾ ਪੰਜਾਬ ਦਾ ਉਹ ਆ ਸੁਰੱਖਿਤ ਮਹਿਸੂਸ ਕਰਦਾ ਹੈ ਇਹ ਸਰਕਾਰ ਦੇ ਚੱਲਦੇ ਹੋਏ। ਕਾਬੀ ਤੁਹਾਡੇ ਕੋਲ ਤੱਥ ਨਹੀਂ ਕਿ ਜਾਂ ਵਿਰੋਧੀ ਹੁੰਦੇ ਨਾਤੇ ਤੁਸੀਂ ਦੋਸ਼ ਲਾ ਦਿੱਤੇ ਮੌਜੂਦਾ ਸਰਕਾਰ ਤੇ ਕਿ ਤੁਹਾਡੇ ਵੀ ਹਾਲਾਤ ਜੋ ਕਾਲੀਆਂ ਵਾਲੇ ਸੀ ਕਾਂਗਰਸ ਦੇ ਤੁਸੀਂ ਵੀ ਉਹਨਾਂ ਤੇ ਰਾਹਲ ਤੇ ਚੱਲ ਪਏ ਜੀ। ਲਖੋ ਮਤਲ ਤੁਸੀਂ ਦੱਸੋ ਵੀ ਕਰਾਪਸ਼ਨ ਪਹਿਲਾਂ ਨਾਲੋਂ ਘਟੀ ਸਰਕਾਰਾਂ ਗਏ ਕਰਪਸ਼ਨ ਖਤਮ ਕਰਤੀ ਇਹ ਤਾਂ ਬੋਰਡ ਲਾਉਣ ਨੂੰ ਤਾਂ ਭਾਵੇਂ ਮੈਂ ਲਾ ਲਾਂ ਇਹਦਾ ਕੀ ਰੋਲਾ ਹੈ ਮਤਲਬ ਬੋਰਡ ਲਾ ਕੇ ਨਾ ਕਰਪਸ਼ਨ ਖਤਮ ਹੁੰਦੀ ਇਹ ਤਾਂ ਲੋਕਾਂ ਤੋਂ ਪੁੱਛੋ ਵੀ ਕਰਪਸ਼ਨ ਪਹਿਲਾਂ ਨਾਲੋਂ ਵਧੀ ਹੈ ਤੇ ਲੋਕਾਂ ਦੀ ਸੁਣਵਾਈ ਕਿਤੇ ਨਹੀਂ ਹੁੰਦੀ ਹੈਗੀ ਤੁਸੀਂ ਮਤਲਬ ਇਦਾਂ ਦਾ ਜੇਲ੍ਹਾਂ ਦੇ ਵਿੱਚ ਹੋਰ ਸਾਰੇ ਥੰਮੇ ਜਿਹੜਾ ਤੋਂ ਤੋਂ ਕੰਟਰੋਲ ਵਿੱਚ ਆ ਤੁਹਾਡੇ ਮੋਬਾਈਲ ਨਹੀਂ ਤੋਂ ਤੋਂ ਤਾਂ ਕੰਟਰੋਲ ਹੋ ਰੇ ਨਸ਼ਾ ਨਹੀਂ ਤੋਂ ਤੋਂ ਕੰਟਰੋਲ ਹੋ ਰਿਹਾ ਨਸ਼ਾ ਜੇਲ੍ਹਾਂ ਦੇ ਅੰਦਰ ਤੇ ਹਰ ਰੋਜ਼ ਕਤਲ ਦੇਖੇ ਆ 8.5 ਕਰੋੜ ਦੀ ਜਿਹੜੀ ਡਕੈਤੀ ਲੁਧਿਆਣੇ ਹੋਈ ਆ ਤੇ ਇਹ ਕੀ ਬਿਆਨ ਕਰਦੀ ਹੈ ਇਹ ਸਾਰਾ ਕੁਝ ਮਤਲਬ ਤੱਥ ਬਿਆਨ ਕਰਦੇ ਨੇ ਵੈਸੇ ਮੈਂ ਤਾਂ ਪਾਰਟੀ ਦੇ ਇੱਕ ਜ਼ਿੰਮੇਵਾਰ ਆਗੂ ਹੋਣ ਦੇ ਨਾਤੇ ਵੀ ਮੈਂ ਕਦੇ ਕਿਸੇ ਤੇ ਇਲਜ਼ਾਮ ਤਰਾਸੀ ਨਹੀਂ ਕਰਦਾ ਫालतू ਔਰ ਮੈਂ ਜੋ ਹਕੀਕਤਾਂ ਨੇ ਜੋ ਲੋਕਾਂ ਦੇ ਮਤਲਬ ਵਿਊ ਪੁਆਇੰਟ ਨੇ ਉਹਦੇ ਆਧਾਰ ਤੇ ਹੀ ਮੈਂ ਆਪਣੀ ਗੱਲ ਕਹਿਣਾ ਕਿਉਂਕਿ ਸਾਡੀ ਪਾਰਟੀ ਦਾ ਇਹ ਕਦਾ ਚਿੱਤ ਦਸਤੂਰ ਨਹੀਂ ਹੈ ਵੀ ਕਹੇ ਤੇ ਐਵੇਂ ਇਲਜ਼ਾਮ ਤਰਾਸੀ ਜਾਂ ਦੋਸਣਬਾਜੀ ਕਰੀ ਜਾਂ। ਜੀਮ ਸਾਹਿਬ ਕਹਿੰਦੇ ਕਿ ਕਰਪਸ਼ਨ ਦੇ ਮਸਲੇ 'ਚ ਸਾਡੇ ਜ਼ੀਰੋ ਟੋਲਰੈਂਸ ਹੈ। ਅਸੀਂ ਐਮ.ਐਲ.ਏ ਫੜ ਲਿਆ ਰੈੱਡ ਹੈਂਡਡ। ਅਸੀਂ ਦੋ ਮੰਤਰੀ ਕੱਢ ਦਿੱਤੇ ਹੈਗੇ ਨੇ। ਇੱਕ ਐਮ.ਐਲ.ਏ ਦਾ ਬਾਪੂ ਫੜ ਲਿਆ ਹੈਗਾ। ਅਸੀਂ ਨਹੀਂ ਕਰਪਸ਼ਨ ਦੇ ਮਸਲੇ ਕਿਸੇ ਨੂੰ ਬਰਦਾਸ਼ਤ ਕਰਦੇ। ਨੇ ਹੁੰਦਾ ਜਦੋਂ ਲੋਕਾਂ ਦਾ ਪ੍ਰੈਸ਼ਰ ਪੈਂਦਾ ਉਦੋਂ ਹੀ ਤੁਸੀਂ ਐਮ.ਐਲ.ਏ ਫੜ ਕੇ ਬਠਿੰਡੇ ਵਾਲਾ ਤੰਦਰ ਦਿੱਤਾ ਦਵਾਈ ਤਾਂ ਕਦੋਂ ਦਿੱਤਾ ਸੀ। ਭਗਵੰਤ ਜੀ ਇਹ ਵੀ ਸਪਸ਼ਟ ਕਰ ਦੇਣ। ਵੀ ਅੰਡਰ ਪ੍ਰੈਸ਼ਰ ਮਤਲਬ ਕੀਤਾ ਹੈਗਾ। ਤੇ ਇੱਕ ਮੰਤਰੀ ਦਾ ਰੌਲਾ ਤੁਰਿਆ ਫਿਰਦਾ ਉਹਨੂੰ ਕਾਦੇ ਲਈ ਆਪਣੇ ਮੋਢੇ ਨਾਲ ਜੋੜ ਕੇ ਰੱਖਿਆ ਹੈ ਵੀ ਦੱਸ ਦੇਣ ਇਹ ਤਾਂ ਪੰਜਾਬ ਦੇ ਲੋਕਾਂ ਦਾ ਸਾਹਮਣੇ ਆਪਣੀ ਤਸਵੀਰ ਨੂੰ ਸਪਸ਼ਟ ਕਰਨਾ ਜਿਹੜਾ ਲੋਕਾਂ ਮਹਿਸੂਸ ਕਰਦੇ ਨੇ ਵੀ ਇਹਨਾਂ ਦੇ ਜਿਹੜੇ ਐਮਐਲਏ ਜਾਂ ਜਾਂ ਵਰਕਰਜ਼ ਨੇ ਉਹ ਉਹਨਾਂ ਨੂੰ ਸਕਰੀਨਿੰਗ ਕਰਨ ਉਹਨਾਂ ਦੇ ਚੈੱਕਅਪ ਕਰਨ ਤੇ ਵਿਰੋਧੀਆਂ ਦਾ ਤਾਂ ਇਹਦੇ ਵਿੱਚ ਮੇਰਾ ਖਿਆਲ ਕੋਈ ਹਾਨੀ ਵਾਲੀ ਗੱਲ ਨਹੀਂ ਹੈ ਤੇ ਹਾਨੀ ਤਾਂ ਸਰਕਾਰ ਦੀ ਹੀ ਹੋਣੀ ਹੈ ਬਹੁਤ ਬਹੁਤ ਮਿਹਰਬਾਨੀ ਧੰਨਵਾਦ। ਔਰ ਜਿ세 ਤੱਕ ਪੰਜਾਬ ਸਰਕਾਰ ਦਾ ਸਵਾਲ ਆ ਪੰਜਾਬ ਸਰਕਾਰ ਵਾਰ-ਵਾਰ ਦਾਅਵੇ ਕਰੀ ਕਿ ਅਸੀਂ 16 ਮਹੀਨਿਆਂ ਦੇ ਵਿੱਚ ਉਹ ਕੰਮ ਕਰ ਦਿਖਾਏ ਨੇ ਜਿਹੜੇ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਏ ਤੇ ਸਾਡਾ ਨਿਸ਼ਚਾ ਅਸੀਂ ਵਚਨਬੱਧਦਾ ਸਾਡੀ ਪੰਜਾਬ ਦੀ ਜਨਤਾ ਨਾਲ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਫਿਲਹਾਲ ਦੇਖਦੇ ਆ ਕਿ ਜਿਹੜੇ ਵਿਰੋਧੀਆਂ ਵੱਲੋਂ ਸਰਕਾਰ ਤੇ ਜਿਹੜੇ ਦੋਸ਼ ਲਗਾਏ ਜਾਂਦੇ ਨੇ ਉਹਨਾਂ ਦੋਸ਼ਾਂ ਦਾ ਜਵਾਬ ਸਰਕਾਰ ਕਦੋਂ ਦੇਵੇਗੀ। ਫਿਲਹਾਲ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ।